ਸ੍ਰੀਕਲ ਗਾਇਸ ਹਾਈ ਗਾਇਸ ਅੱਜ ਅਸੀਂ ਆਏ ਆ ਨਵੇਂ 에어ਪੋਰਟ ਤੇ ਬਰਲਿਨ ਦੇ ਨਵੇਂ 에어ਪੋਰਟ ਤੇ ਬ੍ਰੈਂਡਨਬਰਗ 에어ਪੋਰਟ ਆ ਜਿਹੜਾ ਨਵਾਂ ਖੁੱਲਿਆ ਪੁਰਾਣਾ 에어ਪੋਰਟ ਆਲਰੇਡੀ ਕਲੋਜ਼ ਹੋ ਗਿਆ ਆ ਸ੍ਰੀਕਲ 에어ਪੋਰਟ ਤੁਸੀਂ ਪਹਿਲਾਂ ਵੀਡੀਓ ਦੇਖ ਲਈ ਹੋਣੀ ਆ ਜਿਹਨੇ ਨਹੀਂ ਦੇਖੀ ਐ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦੂੰਗਾ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਪੁਰਾਣੇ 에어ਪੋਰਟ ਦੀ ਅੱਜ ਅਸੀਂ ਨਵੇਂ 에어ਪੋਰਟ ਤੇ ਆਏ ਆ ਤੇ ਜਿਹੜੀ ਅੱਜ ਵੀਡੀਓ ਆ ਕਾਫੀ ਇਨਫੋਰਮੇਟਿਵ ਹੋਊਗੀ ਜਿਹੜੇ ਨਵੇਂ ਸਟੂਡੈਂਟ ਇੰਡੀਆ ਤੋਂ ਆਉਂਦੇ ਆ ਕਿਉਂ ਜਦੋਂ ਅਸੀਂ ਪਹਿਲੀ ਵਾਰ ਕਿਸੇ ਨਵੀਂ ਜਗ੍ਹਾ ਜਾਂਦੇ ਹਾਂ ਸਾਨੂੰ ਪਤਾ ਨਹੀਂ ਹੁੰਦਾ ਭਾਈ ਇੱਥੋਂ ਅਸੀਂ ਟਿਕਟ ਲੈਣੀ ਆ ਕਿੱਦਾਂ ਅਸੀਂ ਅਰਾਈਵ ਕਰਨਾ ਆ ਆਪਣੇ ਸਿਟੀ ਸੈਂਟਰ ਵੀ ਕਿੱਦਾਂ ਜਾਣਾ ਆ ਕਿੱਦਾਂ ਨਹੀਂ ਅੱਜ ਦੀ ਵੀਡੀਓ ਸਾਨੂੰ ਸਭ ਤੋਂ ਪਹਿਲਾਂ ਮੈਂ 에어ਪੋਰਟ ਦਿਖਾਊਂਗਾ ਜਿਹੜਾ ਨਵਾਂ ਬਣਿਆ ਇੱਥੇ ਅੰਦਰ ਜਾਵਾਂਗੇ ਦੇ ਅੰਦਰ ਕਿੱਥੋਂ ਅਰਾਈਵਲ ਹੁੰਦੀ ਆ ਕਿੱਥੋਂ ਡਿਪਾਰਚਰ ਹੁੰਦੀ ਆ ਤੁਹਾਨੂੰ ਸਾਰੇ ਏਰੀਆ ਦਿਖਾਊਂਗਾ ਉਸ ਤੋਂ ਬਾਅਦ ਤੁਹਾਨੂੰ ਮੈਂ ਇੱਥੇ ਬੇਸਮੈਂਟ 'ਚ ਟ੍ਰੇਨ ਸਟੇਸ਼ਨ ਵੀ ਹੈਗਾ ਆ ਤੁਹਾਨੂੰ ਦਿਖਾਊਂਗਾ ਕਿੱਥੋਂ ਟਿਕਟ ਲੈ ਸਕਦੇ ਹਾਂ ਕਿੱਥੋਂ ਬਾਏ ਕਰ ਸਕਦੇ ਹਾਂ ਅਤੇ ਬਿਨਾਂ ਟੈਕਸੀ ਦੇ ਪੈਸੇ ਖਰਚੇ ਕਿਉਂਕਿ ਇੱਥੋਂ ਅਸੀਂ ਟਰੈਵਲ ਕਰਦੇ ਹੋ 에어ਪੋਰਟ ਤੋਂ ਲੈ ਕੇ ਸਿਟੀ ਸੈਂਟਰ ਤੱਕ 50 ਯੂਰੋ ਤੋਂ ਲੈ ਕੇ 100 ਯੂਰੋ ਤੱਕ ਸਾਡੇ ਤੋਂ ਲੈ ਲੈਂਦੇ ਆ ਉਹ ਸੋ ਗਾਇਜ਼ ਇਹ ਹੈਗਾ ਅਪਸਟੇਅਰ ਤੇ ਟਰਮੀਨਲ 1 ਜਿੱਥੋਂ ਡਿਪਾਰਚਰ ਹੁੰਦੀ ਹੈ ਨਾ ਫਲਾਈਟਸ ਚੱਲਦੇ ਹਾਂ ਆਪਾਂ ਇਹਦੇ ਅੰਦਰ ਅਤੇ ਸਾਰੇ ਉੱਪਰ ਇੱਧਰ ਅਰਾਊਂਡ ਫਲਾਈਟਸ ਚੈੱਕ ਇਨ ਦੇ ਕਾਊਂਟਰ ਬਣੇ ਹੋਏ ਨੇ ਅਰਾਊਂਡ ਸਾਰੇ ਅਲੱਗ ਅਲੱਗ ਫਲਾਈਟਸ ਦੇ ਸਾਰੇ ਹਜੇ ਓਪਨ ਹੀ ਹੋਏ ਹੈ ਕਿਉਂ ਜਸਟ ਹਜੇ ਓਪਨ ਹੋਇਆ 에어ਪੋਰਟ ਹੈ ਸਾਰੇ ਕਾਊਂਟਰ ਨੇ ਅਰਾਊਂਡ ਅਤੇ ਪਰਲੇ ਪਾਸੇ ਅੰਦਰ ਜਾ ਕੇ ਉੱਥੋਂ ਤੁਹਾਡਾ ਸਿਕਿਉਰਿਟੀ ਚੈੱਕ ਹੁੰਦਾ ਆ ਸਿਕਿਉਰਿਟੀ ਚੈੱਕ ਹੋਣ ਤੋਂ ਬਾਅਦ ਫਿਰ ਉੱਥੋਂ ਅੱਗੇ ਇਮੀਗ੍ਰੇਸ਼ਨ ਹੈਗਾ ਤੁਹਾਨੂੰ ਮੈਂ ਕੋਲ ਜਾ ਕੇ ਥੋੜ੍ਹਾ ਦਿਖਾਉਂਦਾ ਇੱਥੋਂ ਅਤੇ ਇੱਥੇ ਸਿਕਿਉਰਿਟੀ ਚੈੱਕ ਹੁੰਦਾ ਸਾਹਮਣੇ ਅਤੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਹੁੰਦੀ ਆ ਉਸ ਤੋਂ ਬਾਅਦ ਸਾਡਾ ਵੇਟਿੰਗ ਰੂਮ ਹੈਗਾ ਅੰਦਰਲੇ ਪਾਸੇ ਅਤੇ ਇੱਦਾਂ ਦੀਦਾ ਅੰਦਰਲੇ ਪਾਸਿਓਂ 에어ਪੋਰਟ ਅਤੇ ਇੱਧਰ ਤੁਹਾਡਾ ਫਲਾਈਟ ਦਾ ਟਾਈਮ ਵਗੈਰਾ ਆਉਂਦਾ ਆ ਕਿਹੜੇ ਟਾਈਮ ਡਿਪਾਰਚਰ ਹੈਗੀ ਕਿਹੜੀ ਫਲਾਈਟ ਅਤੇ ਇੱਧਰਲੇ ਸਾਹਮਣੇ ਪਾਸੇ ਇਨਫੋਰਮੇਸ਼ਨ ਡੈਸਕ ਹੈਗਾ ਆ ਜੇ ਕਿਸੇ ਨੇ ਇਨਫੋਰਮੇਸ਼ਨ ਇੱਥੋਂ ਲੈਣੀ ਹੋਵੇ ਤਾਂ ਇੱਥੋਂ ਲੈ ਸਕਦਾ ਆ ਸੋ ਗਾਇਜ਼ ਇਹ ਹੈਗਾ ਟਰਮੀਨਲ 1 ਉੱਪਰ ਡਿਪਾਰਚਰ ਏਰੀਆ ਅਤੇ ਹੁਣ ਮੈਂ ਚੱਲਦਾ ਥੱਲੇ ਤੁਹਾਨੂੰ ਲੈ ਕੇ ਜਿੱਥੋਂ ਏਅਰਲਾਈਨਸ ਆਉਂਦੀਆਂ ਨੇ ਅਰਾਈਵਲ ਹੁੰਦੀਆਂ ਨੇ ਉੱਥੇ ਚੱਲਦੇ ਥੱਲੇ ਪਾਸੇ ਉਹ ਹੈਗਾ ਥੱਲੇ ਟਰਮੀਨਲ 2 ਥੱਲੇ ਜਾਣ ਤੋਂ ਪਹਿਲਾਂ ਟਰਮੀਨਲ 2 ਜਿੱਥੋਂ ਅਰਾਈਵਲ ਹੁੰਦੀ ਆ ਜਿਹੜਾ ਇਹ ਟਰਮੀਨਲ 1 ਆ ਜਿੱਥੋਂ ਡਿਪਾਰਚਰ ਹੁੰਦੀ ਆ ਏਅਰਲਾਈਨਸ ਇਹਦੇ ਉੱਪਰਲੇ ਪਾਸੇ ਸਾਰੇ ਜਿਹੜੀ ਏਅਰਲਾਈਨ ਦੇ ਟਿਕਟ ਆਫਿਸ ਹੈਗੇ ਆ ਜੇ ਤੁਸੀਂ ਔਨ ਦਾ ਸਪੋਰਟ ਟਿਕਟ ਲੈਣੀ ਹੈਗੀ ਆ ਇੱਥੋਂ ਲੈ ਸਕਦੇ ਹਾਂ ਤੁਹਾਨੂੰ ਦਿਖਾਉਣਾ ਥੋੜ੍ਹਾ ਜਿਹਾ ਮੈਂ ਅਗਲੇ ਪਾਸੇ ਦਾ ਵਿਊ ਸੋ ਇਹ ਹੈਗੀ ਇੱਥੇ ਸਟੈਪਸ ਪੌੜੀਆਂ ਜਾਂਦੀਆਂ ਉੱਪਰ ਅਤੇ ਇੱਧਰਲੇ ਪਾਸੇ ਸਾਰੇ ਏਅਰਲਾਈਨਸ ਦੇ ਟਿਕਟ ਆਫਿਸ ਹੈਗੇ ਨੇ ਜੇ ਤੁਸੀਂ ਔਨ ਦਾ ਸਪੋਰਟ ਟਿਕਟ ਲੈਣਾ ਚਾਹੁੰਦੇ ਇੱਥੇ ਲੈ ਸਕਦੇ ਆ ਐਕਸਪੈਂਸਿਵ ਪੈਂਦੀ ਆ ਪਰ ਜੇ ਬੰਦੇ ਨੂੰ ਜ਼ਰੂਰੀ ਜਾਣਾ ਆ ਅਤੇ ਇਹਨਾਂ ਨੇ ਸਾਰੇ ਉੱਪਰ ਇਹਨਾਂ ਦੇ ਏਅਰਲਾਈਨ ਦੇ ਕਾਊਂਟਰ ਬਣਾਏ ਨੇ ਆਫਿਸ ਬਣਾਏ ਨੇ ਇੱਥੋਂ ਟਿਕਟਾਂ ਲੈ ਸਕਦੇ ਹਾਂ ਆਪਾਂ ਇੱਧਰ ਅਰਾਈਵਲ 1 ਇੱਧਰਲੇ ਸਾਈਡ ਜੇ ਆਪਾਂ ਥੱਲੇ ਉਤਰਦੇ ਹਾਂ ਅਤੇ ਇੱਧਰਲੇ ਪਾਸੇ ਹੈਗਾ ਆ ਅਰਾਈਵਲ 2 ਅਤੇ ਇੱਧਰ ਬਾਹਰਲੇ ਪਾਸੇ ਜਾ ਸਕਦੇ ਹਾਂ ਅਸੀਂ ਨਿਕਲਣਾ ਹੋਵੇ ਪਰ ਤੁਹਾਨੂੰ ਦਿਖਾਉਂਦਾ ਇੱਥੇ ਦਾ ਵਿਊ ਅਰਾਈਵਲ 1 ਦਾ ਪਹਿਲਾਂ ਇੱਧਰ ਮਸ਼ੀਨਾਂ ਲੱਗੀਆਂ ਨੇ ਕੋਲਡ ਡਰਿੰਕ ਵਗੈਰਾ ਦੀਆਂ ਇੱਧਰ ਸ਼ੋਪਸ ਹੈਗੀਆਂ ਨੇ ਜਿੱਥੋਂ ਤੁਸੀਂ ਆਪਣਾ ਨਸੈਸਰੀ ਚੀਜ਼ਾਂ ਲਾਈਕ ਡਰਿੰਕਸ ਵਗੈਰਾ ਲੈ ਸਕਦੇ ਹੋ ਜਾਂ ਬੁੱਕਸ ਦੇ ਸ਼ੌਕੀਨ ਹੈਗੇ ਇੱਥੋਂ ਬੁੱਕਸ ਲੈ ਸਕਦੇ ਹੋ ਮੈਗਜ਼ੀਨ ਵਗੈਰਾ ਹੈਗੀਆਂ ਇੱਥੇ ਇੱਥੋਂ ਬਾਏ ਕਰ ਸਕਦੇ ਹਾਂ ਅਤੇ ਬਾਕੀ ਗੱਲ ਇੱਥੋਂ ਤੁਹਾਨੂੰ ਜੇ ਤੁਸੀਂ ਕਾਰਡ ਲੈਣਾ ਇੱਥੇ ਦਾ ਫੋਨ ਦਾ ਇੱਥੋਂ ਮਿਲ ਜਾਂਦਾ ਆਹ ਸ਼ੋਪ ਤੋਂ ਤੁਸੀਂ ਬਾਏ ਕਰ ਸਕਦੇ ਹੋ ਅਤੇ ਇੱਧਰਲੇ ਪਾਸੇ ਮਨੀ ਐਕਸਚੇਂਜ ਵੀ ਹੈਗਾ ਆ ਇੱਧਰਲੇ ਪਾਸੇ ਤੁਸੀਂ ਆਪਣੀ ਮਨੀ ਚੇਂਜ ਕਰਾ ਸਕਦੇ ਹੋ ਜੇ ਕਰਾਣੀ ਹੋਵੇ ਐਂਡ ਹੇਅਰ ਫॉर ਗਾਇਸ ਕੋਵਿਡ-19 ਸੈਂਟਰ ਇੱਧਰ ਆ ਸਾਹਮਣੇ ਪਾਸੇ ਜੇ ਤੁਸੀਂ ਟੈਸਟ ਕਰਾਣਾ ਅਰਾਈਵਲ ਤੋਂ ਬਾਅਦ ਜਾਂ ਜਾਣ ਤੋਂ ਪਹਿਲਾਂ ਇਹ ਹੈਗਾ ਕੋਵਿਡ-19 ਟੈਸਟ ਸੈਂਟਰ ਇੱਥੇ ਸਾਰਾ ਟੈਸਟ ਵਗੈਰਾ ਹੁੰਦੇ ਨੇ ਕਰੋਨਾ ਦੇ ਇਹ ਕਾਫੀ ਲੋਕੀ ਖੜੇ ਨੇ ਟੈਸਟ ਕਰਾਉਣ ਵਾਲੇ ਜਿਹੜੇ ਜਾ ਰਹੇ ਨੇ ਅਪਲਾਈ ਕਰ ਰਹੇ ਨੇ ਇੱਥੋਂ
डिपार्चर करना जिन्होंने इन्होंने क्यू लगे इतने लाइन लगी हुई है तो इधरले पासे टूरिस्ट जो तुम इनफॉर्मेशन लेना चाहते हो इधरले पासे लै सकते हो इनफॉर्मेशन वगैरह बर्लिन बारे इतने जा सकते कि जाना इतों मिल जाती सारी इनफॉर्मेशन वगैरह। सो गाइस हम आप चलते हैं अराइवल टू वाल इतों एयरलाइन अराइवल होंगे वह भी थोड़ा परले वाला पासा दिखाना इधर की है इतने भी इनफॉर्मेशन डेस्क बनया हुआ कोई इनफॉर्मेशन लेनी हो लै सकते हैं सेंटर के बनया हुआ तो थोड़ा दिखाई देता उपरला हिस्सा मैं इतों आप इतों डिपार्चर होना इधरले पासे फार्मेसी हैगी है इतों दवाइया वगैरह जो किसी को लोड़ होगी इतों लै सकता है। गाइस थानू मैं एक होर वधिया चीज़ दिखाना इतने जी मैं कभी नहीं देखी है अपनी लाइफ के कभी सोचा भी किसी फ्लोर के कि फर्श से कि पैसे भी लगे हो सकते हैं पैसे वाला फर्श थानू अज दिखाना मैं भी अज इतने पैसे वाला फर्श भी बनया हुआ है जिस इन्होंने पुराने टाइम के जो कॉइन है सिक्के लगाए हुए हैं। गाइस तुम देख सकते हो इन्होंने इतने बिच जड़े हुए ने पैसे ये नहीं है इतने के पैसे पुराने पर होर कंट्रिया के भी नहीं ऑस्ट्रेलिया का कॉइन हैगा 5 सेंट मतलब कैनेडा का है अलग अलग कंट्रिया के पैसे लाए हुए इन्होंने इतने तुर्की का है ये भी तुर्की का है देख सकते हो तो इतने फ्लोर के सारे पासे इन्होंने ना आ जगह पर अराउंड सारी जगह पर सारे सिक्के लाए हुए ने इन्होंने फर्श के बीच एक काफ़ी बड़ा सिक्का इतने पता नहीं कितने का है ओरिजिनल सिक्के ने डुप्लीकेट नहीं है सारे ओरिजिनल ने पर पुराने टाइम के सारे ये लगे। सो गाइज इधरले पासे बेकरी जी है जितों सैंडविच वगैरह मिलते हैं नाल ये है 6th का इतने ऑफिस है 6th इतों अपन कार रेंट पर मिल जाती है अपन तो वैसे लोड़ नहीं पैंती है जो टूरिस्ट आते यूरोप तो या होर कंट्रिया तो इतों अपना कार रेंट पर लैके अपना बर्लिन में घूमना फिरना घूम सकते हैं। तो थानू मैं एक होर नवी चीज़ दिखाना है कार BMW की मैं भी हम पहली बार देख रहा हजे बाजार नहीं आई है सिर्फ इन्होंने इतने लाई हुई है एयरपोर्ट के लोगों दिखाने वास्ते भी। सो गाइज आप देख रहे हो गोल्डन कलर की कार पिछे अजे किसी ने मैं अज तो बाजार भी नहीं आई है तो थानू मैं दिखा रहा मे भी तुम भी पहली बार देख रहे होंगे जिदा मैं देख रहा इतने पहली बार न्यू कार BMW की जो ना नहीं मैंने हजे पता थानू देख देता पिछले जाके कि पिछला हिस्सा भी है पूरी गोल्डन कार हैगी है नाम हजे इन्होंने मैनशन नहीं करया है मे बी ये नवा मॉडल हैगा आ ता करके मैं तो बहुत वधिया कार लगी काफ़ी पसंद आई मैं तो काफ़ी महंगी होनी जो आऊगी है तो उम्मीद है थानू भी वधिया लगी होनी है देख के तो हुण आपां चलते हैं हेठले पासे बेसमेंट च जिथों आपां ट्रेन लै सकते हैं पर उस तो पहला थानू मैं इत्थे दा बाहर दा एरिया दिखाना है टैक्सी कितों मिल सकती है वैसे तो थानू लोड़ नहीं है टैक्सी लैन की फिर भी थानू एमरजेंसी जो कि लोड़ भी पै जाए वह भी थानू मैं दिखाना कितों टैक्सी लै सकते हैं तो इतने बस वाला एरिया दिखाऊंगा जितों बसा भी मिलती ने पर वो अपनी सिटी सेंटर में नहीं आदि जे तुम अराउंड लोकल कितने जाना सी पार्ट के बर्लिन के उतो तुम बस लै सकते हो वह भी थानू दिखाना अगे जाके मैं इतों आप ऑटोमैटिक टूर लगे हुए हैं तो आएगा आ अराइवल का बहरला हिस्सा जितों बाहर निकल के असी टैक्सी वगैरह इधरों सामने लै सकते हैं ठीक है।
ਇੱਥੋਂ ਬਾਹਰ ਨਿਕਲਣਾ, ਬਾਹਰ ਨਿਕਲ ਕੇ ਆਹ ਸਾਹਮਣੇ ਟੈਕਸੀਆਂ ਇੱਥੇ ਖੜੀਆਂ, ਤੁਹਾਨੂੰ ਕੋਲ ਜਾ ਕੇ ਦਿਖਾਉਂਦਾ ਮੈਂ ਹੋਰ। ਅਤੇ ਇੱਥੋਂ ਆਹ ਟੈਕਸੀਆਂ ਖੜੀਆਂ ਸਾਰੀਆਂ, ਇੱਥੇ ਇੱਥੋਂ ਟੈਕਸੀਆਂ ਲੈ ਸਕਦੇ ਹੋ ਜੇ ਲੋੜ ਪਵੇ ਤਾਂ ਐਮਰਜੈਂਸੀ ਦੇ ਵਿੱਚ। ਅਤੇ ਗਾਇਸ ਜਦੋਂ ਤੁਸੀਂ ਅਰਾਈਵਲ ਤੋਂ ਬਾਹਰ ਨਿਕਲਦੇ ਹੋ ਬਿਲਕੁਲ ਸਾਹਮਣੇ ਇੱਥੇ ਬੱਸ ਸਟੇਸ਼ਨ ਬਣਿਆ, ਇੱਥੇ ਬੱਸ ਵਗੈਰਾ ਮਿਲ ਜਾਂਦੀ ਹੈ। ਅਤੇ ਸਾਹਮਣੇ ਆ ਸਕਰੀਨ ਲੱਗੀ ਹੋਈ ਹੈ, ਇੱਥੇ ਜੇ ਕਿਸੇ ਨੇ ਇੱਥੇ ਲੋਕਲ ਏਰੀਆ ਜਾਣਾ ਹੋਵੇ ਸੀ ਪਾਰਟ ਦੇ ਵਿੱਚ, ਅਤੇ ਇੱਕ ਦੋ ਬੱਸਾਂ ਬੀ ਪਾਰਟ 'ਚ ਵੀ ਜਾਂਦੀਆਂ ਨੇ ਪਰ ਇਹ ਬਹੁਤ ਟਾਈਮ ਲਾਉਂਦੀਆਂ ਨੇ। ਹਾਂ, ਸਾਰਾ ਇੱਥੇ ਇਹਨਾਂ ਨੇ ਸਕੈਜੂਲ ਸਾਰਾ ਸਕਰੀਨ 'ਤੇ ਆ ਜਾਂਦਾ ਹੈ, ਕਿੰਨੇ ਟਾਈਮ 'ਚ ਕਿਹੜੀ ਬੱਸ ਕਦੋਂ ਆਉਣੀ ਆ ਸਾਰਾ ਇੱਥੇ ਆ ਜਾਂਦਾ ਸਕਰੀਨ 'ਤੇ। ਅਤੇ ਇੱਥੋਂ ਸਾਹਮਣੇ ਬੱਸ ਮਿਲ ਜਾਂਦੀ ਹੈ, ਤੁਸੀਂ ਬੱਸ ਸਟੋਪ ਹੈਗਾ ਆ, ਇੱਥੋਂ ਬੱਸ ਕੈਚ ਕਰਕੇ ਤੁਸੀਂ ਲੋਕਲ ਏਰੀਆ ਜਿੱਥੇ ਨੇੜੇ ਤੇੜੇ ਜਾਣਾ ਏਅਰਪੋਰਟ 'ਤੇ ਜਾ ਸਕਦੇ ਹੋ। ਅਤੇ ਗਾਇਸ ਹੁਣ ਫਿਰ ਆਪਾਂ ਅੰਦਰਲੇ ਪਾਸੇ ਚੱਲਦੇ ਹਾਂ ਏਅਰਪੋਰਟ ਦੇ, ਅਤੇ ਇੱਥੋਂ ਥੱਲੇ ਪੌੜੀਆਂ ਬਣੀਆਂ ਹੋਈਆਂ ਨੇ ਅਤੇ ਉੱਥੋਂ ਆਪਾਂ ਥੱਲੇ ਬੇਸਮੈਂਟ ਜਾਵਾਂਗੇ ਜਿੱਥੋਂ ਆਪਾਂ ਆਪਣੀ ਟ੍ਰੇਨ ਐਸ ਬਾਨ ਲੈ ਸਕਦੇ ਹਾਂ ਸਿਟੀ ਸੈਂਟਰ ਦੇ ਵਿੱਚ ਜਾਣ ਦੇ ਵਾਸਤੇ। ਜਦੋਂ ਗਾਇਸ ਆਪਾਂ ਥੱਲੇ ਉਤਰਦੇ ਇੱਥੋਂ ਸਟੈਪ ਤੋਂ ਬੇਸਮੈਂਟ ਜਾਣ ਵਾਸਤੇ, ਆਹ ਸਾਹਮਣੇ ਇੱਥੇ ਟਾਈਮਿੰਗ ਵਗੈਰਾ ਵੀ ਲਿਖੀ ਹੋਈ ਆ ਟ੍ਰੇਨਾਂ ਦੀ ਸਕਰੀਨ 'ਤੇ, ਕਿਹੜੀ ਟ੍ਰੇਨ ਕਿਹੜੇ ਟਾਈਮ 'ਤੇ ਆ ਰਹੀ ਆ। ਅਤੇ ਆਹ ਥੱਲੇ ਵਾਲਾ ਹਿੱਸਾ ਆ ਬੇਸਮੈਂਟ ਵਾਲਾ, ਐਕਚੁਅਲੀ ਇੱਥੇ ਜਿਹੜੇ ਆ ਬੇਸਮੈਂਟ 'ਚ ਆ ਇੱਥੇ ਸਾਰੇ ਰੈਸਟੋਰੈਂਟ ਵਗੈਰਾ ਜਿੱਥੇ ਤੁਸੀਂ ਆਪਣਾ ਫੂਡ ਬਾਏ ਕਰ ਸਕਦੇ ਹੋ ਜੇ ਤੁਹਾਨੂੰ ਲੋੜ ਹੋਵੇ, ਇੱਥੋਂ ਲੈ ਸਕਦੇ ਹੋ ਆਪਣੇ ਸਨੈਕਸ ਵਗੈਰਾ ਡਰਿੰਕਸ ਵਗੈਰਾ। ਅਤੇ ਆ ਸਾਹਮਣੇ ਸ਼ੋਪਸ ਹੈਗੀਆਂ ਨੇ ਇੱਧਰਲੇ ਪਾਸੇ ਅਤੇ ਉਹ ਬਾਹਰਲੇ ਪਾਸੇ, ਉਹ ਤੁਹਾਨੂੰ ਇੱਕ ਹੋਰ ਖਾਣਾ ਸ਼ੋਪ ਰੀਵੇ ਹੈਗੀ ਆ ਅੱਗੇ ਜਾ ਕੇ ਜੇ ਤੁਸੀਂ ਇੱਥੋਂ ਨਿਕਲਦੇ ਹਾਂ। ਆਹ ਬੇਸਮੈਂਟ ਹੈਗੀ ਆ ਸਾਰੀ, ਅਤੇ ਇੱਥੋਂ ਟਿਕਟ ਵਗੈਰਾ ਲੈ ਸਕਦੇ ਹੋ ਜੇ ਤੁਹਾਨੂੰ ਮਸ਼ੀਨ ਤੋਂ ਨਹੀਂ ਪਤਾ ਲੱਗੇ, ਇਹ ਸਾਰੇ ਅੰਦਰ ਇੰਗਲਿਸ਼ ਬੋਲਦੇ ਆ ਟਿਕਟ ਆਫਿਸ ਦੇ ਅੰਦਰ, ਤੁਸੀਂ ਇੱਥੋਂ ਪੁੱਛ ਕੇ ਆਪਣਾ ਗਾਈਡੈਂਸ ਦੇ ਰਾਹੀਂ ਆਪਣਾ ਸਹੀ ਟਿਕਟ ਲੈ ਸਕਦੇ ਹੋ ਵੀ ਕਿਹੜੀ ਅਸੀਂ ਬੀ ਪਾਰਟ ਏ ਪਾਰਟ ਲੈਣੀ ਆ। ਜੇ ਤੁਹਾਨੂੰ ਮੈਂ ਅੱਗੇ ਮਸ਼ੀਨ 'ਚ ਆ ਕੇ ਦਿਖਾਊਂਗਾ ਵੀ ਕਿੱਦਾਂ ਆਪਾਂ ਟਿਕਟ ਲੈ ਸਕਦੇ, ਵੀ ਤੁਹਾਨੂੰ ਸ਼ੋ ਕਰੂੰਗਾ ਮੈਂ। ਅਤੇ ਜੇ ਤੁਹਾਨੂੰ ਕੋਈ ਚੀਜ਼ ਦੀ ਲੋੜ ਹੋਵੇ ਖਾਣ ਪੀਣ ਦੀ, ਆਹ ਹੈਗੀ ਆ ਸੁਪਰ ਮਾਰਕੀਟ, ਛੋਟੀ ਜਿਹੀ ਆ ਵੈਸੇ ਤਾਂ ਬਹੁਤ ਵੱਡੀਆਂ ਜਿਹੜੀਆਂ ਸੁਪਰ ਮਾਰਕੀਟ ਹੈਗੀਆਂ ਨੇ ਰੇਵੇ ਦੀਆਂ ਬਰਲਿਨ ਦੇ ਵਿੱਚ, ਇਹ ਹੈਗੀ ਆ ਛੋਟੀ ਥੋੜ੍ਹੀ ਪਰ ਤੁਹਾਨੂੰ ਇੱਥੇ ਨਸੈਸਰੀ ਚੀਜ਼ਾਂ ਖਾਣ ਪੀਣ ਦੀਆਂ ਸਾਰੀਆਂ ਇੱਥੇ ਮਿਲ ਜਾਣੀਆਂ ਅਤੇ ਚੀਪ ਰੇਟ 'ਚ ਮਿਲਦੀਆਂ ਸਾਰੀਆਂ। ਸੋ ਗਾਇਸ ਇਹ ਹੈਗੀ ਆ ਟਿਕਟ ਮਸ਼ੀਨ, ਇੱਥੇ ਲੱਗੀਆਂ ਹੋਈਆਂ ਨੇ ਜੇ ਤੁਹਾਨੂੰ ਨਹੀਂ ਕੁਛ ਪਤਾ ਲੱਗਦਾ, ਅਤੇ ਟਿਕਟ ਮਸ਼ੀਨ ਹੈਗੀਆਂ ਨੇ ਇੱਥੋਂ ਜਰਮਨ ਲੈਂਗੁਏਜ ਆਉਂਦੀ ਆ ਨਾਲ ਇਹਦੀ, ਤੁਸੀਂ ਇੰਗਲਿਸ਼ ਦੀ ਆਪਸ਼ਨ ਹੈਗੀ ਆ ਇੰਗਲਿਸ਼ ਦੱਬ ਕੇ ਤੁਹਾਨੂੰ ਇੰਗਲਿਸ਼ ਸਾਰਾ ਕੁਛ ਸ਼ੋਅ ਕਰ ਦੂਗਾ ਹਾਂ ਵੀ ਕੀ ਕਿੱਦਾਂ ਕਿੱਦਾਂ ਲੈ ਸਕਦੇ। ਆਪਾਂ ਨੂੰ ਲੈਣੀ ਆ ਜੇ ਤੁਸੀਂ ਸਿੰਗਲ ਹੈਗੇ ਹੋ ਤਾਂ ਸਿੰਗਲ ਟਿਕਟ ਲੈਣੀ ਆ ਏ ਬੀ ਸੀ ਪਾਰਟ ਦੀ, ਠੀਕ ਆ। ਜਿਹੜਾ ਬਰਲਿਨ ਦਾ ਜਿਹੜਾ ਏਅਰਪੋਰਟ ਆ ਜਿਹੜਾ ਬ੍ਰੈਂਡਨਬੁਰਗ ਆ ਇਹ ਸੀ ਪਾਰਟ 'ਚ ਪੈਂਦਾ ਆ, ਅਤੇ ਬੀ ਪਾਰਟ 'ਚ ਅਸੀਂ ਰਹਿੰਦੇ ਹਾਂ ਥੋੜ੍ਹਾ ਸਿਟੀ ਸੈਂਟਰ ਤੋਂ ਬਾਹਰ ਦੇ ਏਰੀਆ, ਸਿਟੀ ਸੈਂਟਰ ਅੰਦਰ ਏ ਪਾਰਟ ਹੈਗਾ। ਅਤੇ ਹੁਣ ਆਪਾਂ ਟਿਕਟ ਲਵਾਂਗੇ ਸਿੰਗਲ, ਸਿੰਗਲ ਟਿਕਟ ਦੱਬ ਕੇ ਉਸ ਤੋਂ ਬਾਅਦ ਆਪਾਂ ਆ ਰਹੇ ਹਾਂ 360, ਠੀਕ ਆ। ਪਰ ਏ ਬੀ ਸੀ ਤਿੰਨ ਪਾਰਟ ਦਾ, ਠੀਕ ਆ, ਬੈਟਰ ਆ ਤੁਸੀਂ ਇਹ ਤਿੰਨੋਂ ਦਾ ਲੈ ਲਓ ਏ ਬੀ ਸੀ, ਕਿਉਂ ਤੁਹਾਨੂੰ ਪਤਾ ਨਹੀਂ ਹੁੰਦਾ ਪਹਿਲੀ ਵਾਰ ਕਿੱਥੇ ਜਾਣਾ। ਅਤੇ ਜਿਹੜੀ ਇੱਥੋਂ ਟ੍ਰੇਨ ਆ ਇਹ ਸਿਟੀ ਸੈਂਟਰ ਤੱਕ ਜਾਂਦੀ ਆ, ਅਤੇ ਇੱਥੋਂ ਆਪਾਂ ਹਾਂ। ਅਤੇ ਬਾਕੀ ਜਿਹੜੀ ਦੂਜੀ ਗੱਲ ਆ ਹੈ ਜਿਹੜੀ ਇਹ ਟਿਕਟ ਵੈਲਿਡ ਆ 1 ਘੰਟੇ 20 ਮਿੰਟ ਲਈ ਵੈਲਿਡ ਹੈਗੀ ਆ, ਅਤੇ ਲਾਈਕ 2 ਆਵਰ, ਠੀਕ ਆ। ਅਤੇ ਉਸ ਤੋਂ ਬਾਅਦ ਇਹ ਕੈਂਸ ਟਿਕਟ ਕੈਂਸਲ ਆਟੋਮੈਟਿਕ ਹੋ ਜਾਂਦੀ ਆ। ਇਹਦੀ ਕੋਸਟ ਹੈਗੀ ਆ 3 ਯੂਰੋ 60 ਸੈਂਟ ਹੈਗੀ ਆ। ਅਤੇ ਹੁਣ ਆਪਾਂ ਇਹਨੂੰ ਇੱਥੋਂ ਪੇ ਵਾਲਾ ਦੱਬਾਂਗੇ, ਅਤੇ ਉਸ ਤੋਂ ਬਾਅਦ ਇਹ ਹੈਗੀ ਇੱਥੋਂ ਮਸ਼ੀਨ, ਇੱਥੋਂ ਪੈਸੇ ਅੰਦਰ ਜਾਂਦੇ ਨੇ, ਅਤੇ ਤੁਸੀਂ ਆਪਣਾ 5 ਯੂਰੋ 10 ਯੂਰੋ ਜਿੰਨਾ ਵੀ ਪਾ ਪੁਰਾਣੇ ਕੋਇਨ ਪਾ ਸਕਦੇ ਹਾਂ 1 ਯੂਰੋ 2 ਯੂਰੋ, ਇੱਥੋਂ ਪਾ ਕੇ ਤੁਹਾਡੀ ਟਿਕਟ ਇੱਥੇ ਆ ਜਾਂਦੀ ਆ, ਇੱਥੋਂ ਟਿਕਟ ਲੈਣੀ ਆ ਆਪਾਂ। ਅਤੇ ਬਾਕੀ ਜਿਹੜਾ ਆਪਣਾ ਚੇਂਜ ਹੋਣੀ ਆ ਉਹ ਵੀ ਇੱਥੋਂ ਆ ਜਾਣੀ ਆ ਵਾਪਸ, ਇੱਧਰੋਂ ਨੋਟ ਇੱਧਰੋਂ ਆਉਣਦੇ ਆ ਅਤੇ ਚੇਂਜ ਆਪਣੀ ਇੱਥੋਂ ਆ ਜਾਂਦੀ ਆ। ਅਤੇ ਆਹ ਟਿਕਟ ਆਪਾਂ ਲੈ ਲਈ ਆ 3 ਯੂਰੋ 60 ਸੈਂਟ ਦੀ। ਸੋ ਗਾਇਸ ਇਸ ਤਰ੍ਹਾਂ ਆਪਾਂ ਆਪਣੀਆਂ ਟਿਕਟਾਂ ਲੈ ਸਕਦੇ ਹਾਂ, ਕੋਈ ਮੁਸ਼ਕਿਲ ਵਾਲਾ ਕੰਮ ਨਹੀਂ ਹੈਗਾ, ਇੰਗਲਿਸ਼ ਵਾਲੀ ਆਪਸ਼ਨ ਵੀ ਹੈਗੀ ਆ, ਆਈ ਥਿੰਕ ਤੁਹਾਨੂੰ ਸਮਝ ਆ ਗਿਆ ਹੋਣਾ। ਬਾਕੀ ਤੁਹਾਨੂੰ ਦੱਸਦਾ ਮੈਂ ਕਿੱਥੋਂ ਆਪਾਂ ਕਿਹੜੇ ਗੇਟ ਤੋਂ ਆਪਾਂ ਬਰਲਿਨ ਸਿਟੀ ਸੈਂਟਰ ਵਿੱਚ ਜਾ ਸਕਦੇ ਹਾਂ, ਉਹ ਤੁਹਾਨੂੰ ਦਿਖਾਉਂਦਾ ਮੈਂ। ਆਹ ਜਿਹੜਾ ਸਾਹਮਣੇ ਪਾਸੇ ਆ ਇੱਥੇ ਗੇਟ 1-2 ਆ, ਇੱਥੇ ਨਹੀਂ ਆਪਾਂ ਜਾਣਾ ਹੈ। ਜੇ ਤੁਸੀਂ ਬਰਲਿਨ ਸਿੱਧਾ ਸਿਟੀ ਉੱਥੇ ਮੇਨ ਸਟੇਸ਼ਨ ਜਾਣਾ ਫਿਰ ਤੋਂ ਤੁਸੀਂ ਟ੍ਰੇਨ ਲੈ ਸਕਦੇ ਹੋ, ਠੀਕ ਆ। ਅਤੇ ਉਸ ਤੋਂ ਬਾਅਦ ਆ 3-4 ਆ, ਇੱਥੋਂ ਵੀ ਨਹੀਂ ਆਪਾਂ ਜਾਣਾ ਹੈ, ਅਤੇ ਆਪਾਂ ਚੱਲਾਂਗੇ ਗੇਟ ਨੰਬਰ 5-6, ਉਹ ਸਾਹਮਣੇ ਹੈਗਾ, ਉੱਥੋਂ ਆਪਾਂ ਥੱਲੇ ਜਾਣਾ ਆ। ਅਤੇ ਇੱਥੇ ਹੈਗੀ S9
ਸਪਾਂਦਾਓ S9 ਤ੍ਰਿਪਤੋ ਪਾਰਕ ਅਤੇ ਸਪਾਂਦਾਓ S9 ਆਪਾਂ ਇੱਥੋਂ ਲੈਣੀ ਆ ਟ੍ਰੇਨ ਜਿਹੜੀ ਲੋਕਲ ਟ੍ਰੇਨ ਹੈਗੀ ਆ ਬਰਲਿਨ ਦੀ ऑलरेडी ट्रेन इतने खड़ी है S9 सो गाइस तुहानू एक गल होर दसां मैं भी जो टिकट लेनी है ना आप पंच कर लेना क्यों जे नहीं पंच करांगे इतने टाइमिंग नहीं आती है इतने डेट जरूर लिखी हुई है पर आपां नूं पंच करना पैना इतने तुहानू दिखाना वो भी जरूरी है पंच करना तो ये टिकट लैके आ इतने लगे हुए ने इतने जो आप स्टैंप करनी अपनी टिकट ये पानी टिकट अगला हिस्सा तो आ स्टैंप हो गई है तो इतने अपना टाइमिंग आ गई है 3:25 से अपन स्टैंप किया तो डेट वगैरह तो सारा कुछ दस रही है कितों आप स्टैंप की है ये जरूरी है जे टिकट लैन तो बाद आप पंच नहीं करा तो अपन प्रॉब्लम होगी कई बार चैक करा जाते अंदर ट्रेन के तो जे स्टैंप नहीं की होगी तो थानू 50 €, 60 € फाइन 100 € तक थानू 100 € तक थानू फाइन देना पै सकता है क्योंकि इदा लोग है भी टिकट ले लेंगे वो पंच नहीं करते तो वह नैक्सट जर्नी वास्ते यूज़ कर लेंगे ने नैक्सट डे यूज़ कर लेंगे ये बहुत जरूरी है नहीं तो सू फाइन देना पै सकता है। सो गाइस ट्रेन फड़न तो बाद असी अपने एरिए पहुँच चुके हैं जिथे असी रहने असी रहने बर्लिन बी पार्ट के जे तुम भी बी पार्ट में आते हो वो 30 सेंट टिकट सस्ती है 3 €, 30 सेंट की मिल जाती है एयरपोर्ट तो जे तुसी ABC तिना लेंदे हो किते भी जा सकते तिना पार्ट विच 30 सेंट महंगी है जिहड़ी असी लई है 3 €, 60 सेंट वो लई सिर्फ मैं टिकट थोड़े वास्ते तुहानू दिखाउण वास्ते किदां आपां बाय कर सकते हैं। बाकी जिहड़ी है जिहड़ी फ्लैक्स ट्रेन हैगी है एयरपोर्ट एक्सप्रैस वो सीधी अपनी मेन सेंट्रल स्टेशन ते जांदी है ठीक है वो स्टॉप नहीं करती है सारे स्टेशनों ते तो जिहड़ी S9 आ ट्रेन ये हर एक स्टेशन ते रुक के जांदी आ तो यदा यह फायदा आ जो तुम पहला उतरना हो मेन ट्रेन स्टेशन तो पहला तो तुम S9 लै सकते हो। सो गाइज ये अपनी अज की वीडियो तो सूँ दसना चाहता सी कि तुम अपनी बाय ट्रेन सेंट्रल स्टेशन पहुँच सकते हो घट पैसे खर्च के बजाए अपना टैक्सी लईए 50 €, 100 € लाइए ठीक है। तो बाकी मैं उम्मीद है भी थानू ये जी वीडियो आ जरूर हैल्प करूगी जो तुम नवे हो बर्लिन के आते हो तुहानू जरूर हैल्प करूगी ये वीडियो तो अज्ज दी वीडियो विच इन्ना ही जे तुहानू वीडियो वधिया लगी होवे प्लीज़ लाइक करके कमेंट करके मैनू जरूर दस्यो तो जे तुहाडा कोई सुझाव होवे जे तुसीं कुछ होर वखरा देखना चाहते हो प्लीज़ तुसीं कमेंट विच लिख सकते हो तो मैं जरूर कोशिश करूँगा उस टॉपिक ते वीडियो बनाने दे लई ते अज्ज दी वीडियो विच इन्ना ही तुहानू मिलांगे नैक्सट वीडियो दे विच जल्दी क्यों आपां यार हुण वेले ही आ क्योंकि तुहानू पता ही आ लास्ट वीडियो असीं देखी होनी है मेरी भी लॉकडाउन हो गया रेस्टोरेंट में मैं काम करता रेस्टोरेंट बंद आ 1 महीने लई ते कोशिश करूँगा हर दूजे दिन वीडियो पा सकां नवी तो नवी तो बाकी जो थोड़ा कोई सुझाव हो तो प्लीज़ कमेंट करके मैं जरूर दस्यो तो मिलते हैं थानू नैक्सट वीडियो के उदों तक लई सारयां नू मेरे वालों गुड बाय।